ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਰਿਟਾਇਰਡ ਕਰਨਲ। 4,20,00,000 ਰੁਪਏ ਦੀ ਹੋਈ ਠੱਗੀ। 100 ਤੋਂ ਵੀ ਵੱਧ ਲੋਕ ਨੇ ਠੱਗੀ ਦੇ ਵਿੱਚ ਸ਼ਾਮਲ। ਰਿਟਾਇਰਡ ਕਰਨਲ ਦੇ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 4,20,00,000 ਰੁਪਇਆਂ ਦੇ ਲਗਭਗ ਦੀ ਇਹ ਜੋ ਠੱਗੀ ਹੈ ਉਹ ਰਿਟਾਇਰਡ ਕਰਨਲ ਦੇ ਨਾਲ ਹੋਈ ਹੈ। ਅਤੇ ਪਹਿਲਾਂ ਕਰਨਲ ਨੂੰ ਇੱਕ ਵਟਸਐਪ 'ਤੇ ਮੈਸੇਜ ਆਉਂਦਾ, ਸਟਾਕ ਮਾਰਕੀਟ 'ਚ ਇਨਵੈਸਟਮੈਂਟ ਨੂੰ ਲੈ ਕੇ ਮੈਸੇਜ ਆਉਂਦਾ, ਜਿਸ ਤੋਂ ਬਾਅਦ ਉਹ ਲਿੰਕ 'ਤੇ ਕਲਿੱਕ ਕਰਦੇ ਨੇ ਅਤੇ ਇੱਕ ਗਰੁੱਪ ਉਹ ਜੁਆਇਨ ਕਰ ਜਾਂਦੇ ਨੇ, ਜਿਸ ਦੇ ਵਿੱਚ ਉਹਨਾਂ ਨੂੰ ਵੱਖ ਵੱਖ ਸਟਾਕਾਂ ਦੇ ਬਾਰੇ ਜਾਣਕਾਰੀ ਮਿਲਦੀ ਅਤੇ ਜਿਸ ਤੋਂ ਬਾਅਦ ਉਹ 5,00,000 ਰੁਪਏ ਦਾ ਨਿਵੇਸ਼ ਕਰ ਦਿੰਦੇ ਨੇ ਅਤੇ ਇੱਥੋਂ ਹੀ ਜੋ ਠੱਗੀ ਦਾ ਸਿਲਸਿਲਾ ਹੈ ਉਹ ਸ਼ੁਰੂ ਹੋ ਜਾਂਦਾ। ਜਿਵੇਂ ਹੀ ਉਹ 5,00,000 ਰੁਪਇਆ ਇਨਵੈਸਟ ਕਰਦੇ ਨੇ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੂੰ ਉਸ ਦੇ ਵਿੱਚ ਫਾਇਦਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਅਤੇ ਵਾਧਾ ਵਾਧਾ ਇਹ ਜੋ 4,20,00,000 ਰੁਪਏ ਤੱਕ ਦੀ ਜੋ ਇਨਵੈਸਟਮੈਂਟ ਉਹ ਉਹਨਾਂ ਦੇ ਵੱਲੋਂ ਕਰ ਲਈ ਜਾਂਦੀ ਹੈ। ਪਰ ਇਸ ਪਿੱਛੇ ਇੱਕ ਪੂਰਾ ਵੱਡਾ ਜਾਲ ਵਿਛਿਆ ਸੀ ਸਾਈਬਰ ਠੱਗੀ ਦਾ, ਜਿਸ ਦਾ ਕਿ ਰਿਟਾਇਰਡ ਕਰਨਲ ਜੋ ਨੇ ਸ਼ਿਕਾਰ ਹੋ ਗਏ ਨੇ। ਇਹ ਜੋ ਨੈਕਸਸ ਹੈ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਚੱਲ ਰਿਹਾ ਸੀ ਅਤੇ ਇਸ ਠੱਗੀ ਦੇ ਜੋ ਤਾਰ ਨੇ ਉਹ UK ਅਤੇ ਲੰਡਨ ਤੱਕ ਜਾ ਜੁੜੇ ਨੇ ਅਤੇ 100 ਤੋਂ ਵੀ ਵੱਧ ਲੋਕ ਇਸ ਠੱਗੀ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਵੱਲੋਂ ਪੂਰਾ ਇਹ ਜੋ ਪਲਾਨ ਹੈ ਉਹ ਬਣਾਇਆ ਜਾ ਰਿਹਾ ਸੀ। ਹਾਲਾਂਕਿ ਹੁਣ ਤੱਕ ਪੁਲਿਸ ਦੇ ਵੱਲੋਂ ਸਾਈਬਰ ਕ੍ਰਾਈਮ ਨੂੰ ਲੈ ਕੇ ਵੱਖ ਵੱਖ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ, ਪਰ ਫਿਰ ਵੀ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਅਤੇ ਇਹ ਖਬਰ ਪੰਚਕੂਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਰਿਟਾਇਰਡ ਕਰਨਲ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਅਤੇ 4,20,00,000 ਰੁਪਇਆਂ ਦੀ ਠੱਗੀ ਹੋਈ ਉਹਨਾਂ ਦੇ ਨਾਲ। ਅਤੇ ਪੁਲਿਸ ਦੇ ਵੱਲੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰਦੇ ਹੋਏ 4 ਲੋਕਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਹੁਣ ਵੀ ਪੁਲਿਸ ਦੇ ਵੱਲੋਂ ਪੰਜਾਬ ਪਾਕਿਸਤਾਨ ਦੀ ਸਰਹੱਦ ਦੇ ਨੇੜਿਓਂ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜੋ ਜਾਂਚ ਪੜਤਾਲ ਹੈ ਕੀਤੀ ਜਾ ਰਹੀ ਹੈ, ਪਰ ਦੱਸਿਆ ਇਹ ਵੀ ਜਾ ਰਿਹਾ ਕਿ 100 ਤੋਂ ਵੀ ਵੱਧ ਲੋਕ ਇਸ ਸਾਈਬਰ ਠੱਗੀ ਦੇ ਵਿੱਚ ਸ਼ਾਮਲ ਨੇ ਅਤੇ ਨਾ ਸਿਰਫ ਪੰਜਾਬ, ਇੱਥੋਂ ਤੱਕ ਕਿ ਜੋ ਨਾਲ ਲੱਗਦੇ ਹੋਰ ਸੂਬੇ ਨੇ ਜਿਨ੍ਹਾਂ ਵਿੱਚ ਗੁਜਰਾਤ, ਸੂਰਤ, ਮੱਧ ਪ੍ਰਦੇਸ਼, ਮੁੰਬਈ ਅਤੇ ਨੇਪਾਲ, ਇਹਨਾਂ ਸੂਬਿਆਂ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਜੋ ਆਪਣੀ ਸਰਚ ਹੈ ਉਹ ਵੀ ਕੀਤੀ ਜਾਣੀ ਹੈ। ਔਰ ਇੱਥੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੱਕ ਜੋ ਠੱਗਾਂ ਦੇ ਤਾਰ ਜੁੜੇ ਹੋਏ ਨੇ। ਹਾਲਾਂਕਿ ਇੱਕ ਵੱਡਾ ਨੈਕਸਸ ਸੀਗਾ, 4,20,00,000 ਰੁਪਏ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਇੱਕ ਰਿਟਾਇਰਡ ਕਰਨਲ। ਔਰ ਉਹਨਾਂ ਨੂੰ ਵਟਸਐਪ 'ਤੇ ਪਹਿਲਾਂ ਇੱਕ ਲਿੰਕ ਆਉਂਦਾ ਜਿਸ 'ਤੇ ਉਹ ਕਲਿੱਕ ਕਰਦੇ ਨੇ ਅਤੇ ਜਿਸ ਤੋਂ ਬਾਅਦ ਉਹ ਇੱਕ ਗਰੁੱਪ ਜੁਆਇਨ ਕਰ ਲੈਂਦੇ ਨੇ ਅਤੇ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਜਾਂਦਾ ਠੱਗੀ ਦਾ। ਪਹਿਲਾਂ 5,00,000 ਨਹੀਂ ਪੇਸ਼ ਹੁੰਦਾ ਅਤੇ ਫਿਰ ਜਦ ਉਹਨਾਂ ਨੂੰ ਪਤਾ ਲੱਗਦਾ ਹੌਲੀ ਹੌਲੀ ਕਿ ਮੇਰੇ ਨਾਲ ਤਾਂ ਠੱਗੀ ਹੋ ਰਹੀ ਹੈ, ਤਾਂ ਫਿਰ ਉਹਨਾਂ ਦੇ ਵੱਲੋਂ 65,00,000 ਰੁਪਇਆ ਹੋਰ ਜੋ ਹੈ ਉਸ ਦੇ ਵਿੱਚ ਪਾ ਦਿੱਤਾ ਜਾਂਦਾ ਖਾਤੇ ਵਿੱਚ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੋਂ ਅਤੇ ਆਲੇ ਦੁਆਲੇ ਦੇ ਉਹਨਾਂ ਦੇ ਸਕੇ ਸੰਬੰਧੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਤਾਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਨੇ। ਅਤੇ ਫਿਰ ਜਾ ਕੇ ਜਦ ਪੂਰਾ ਮਾਮਲਾ ਖੁੱਲ੍ਹਦਾ ਹੈ ਤਾਂ ਪਤਾ ਲੱਗਦਾ ਹੈ ਕਿ 4,20,00,000 ਰੁਪਏ ਦੀ ਜੋ ਠੱਗੀ ਹੈ ਉਹ ਰਿਟਾਇਰਡ ਕਰਨਲ ਦੇ ਨਾਲ ਹੋਈ ਹੈ। ਔਰ ਇਹ ਪੂਰਾ ਨੈਕਸਸ ਨਾ ਸਿਰਫ ਭਾਰਤ ਤੋਂ, ਇੱਥੋਂ ਤੱਕ ਕਿ ਵਿਦੇਸ਼ ਤੱਕ ਦੀਆਂ ਇਸਦੀਆਂ ਤਾਰਾਂ ਦੱਸੀਆਂ ਜਾ ਰਹੀਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਸ ਸਭ ਨੂੰ ਲੈ ਕੇ ਜੋ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਪਹਿਲਾਂ ਵੀ ਪੁਲਿਸ ਵੱਲੋਂ 4 ਲੋਕਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਪਾਕਿਸਤਾਨ ਦੀ ਸਰਹੱਦ ਤੋਂ ਵੀ 2 ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਇੱਕ ਰਿਟਾਇਰਡ ਕਰਨਲ ਸਾਹਿਬ ਦੇ ਸਾਥ ਇੱਕ ਸ਼ੇਅਰ ਟ੍ਰੇਡਿੰਗ ਦੇ ਨਾਮ ਪਰ ਸਾਈਬਰ ਫਰਾਡ ਕਾ ਮਾਮਲਾ ਸਾਹਮਣੇ ਆਇਆ ਥਾ, ਜਿਸ ਪਰ ਹਮਨੇ ਅਭਿਯੋਗ ਉਤਪੰਨ ਕਰਕੇ ਅਨੁਸੰਧਾਨ ਕੀਆ ਔਰ ਇਸਕੇ ਪਹਿਲੇ ਚਰਨ ਮੇਂ ਹਮਨੇ 4 ਲੋਕੋਂ ਕੋ ਗ੍ਰਿਫਤਾਰ ਕੀਆ ਥਾ। ਯੇ ਕੁਲ 4,20,00,000 ਕੇ ਕਰੀਬ ਕੀ ਸਾਈਬਰ ਠੱਗੀ ਥੀ, ਜਿਸਮੇ ਹਮਨੇ 4 ਲੋਕ ਪਹਿਲੇ ਗ੍ਰਿਫਤਾਰ ਕੀਏ ਹੈ ਔਰ ਇਸੀ ਕੜੀ ਮੇਂ ਆਗੇ ਅਨੁਸੰਧਾਨ ਕਰਤੇ ਹੋਏ ਹਮਨੇ 2 ਨਏ ਵਿਅਕਤੀਓਂ ਕੋ ਪੰਜਾਬ ਕੇ ਬਾਰਡਰ ਕੇ ਆਸ ਪਾਸ ਸੇ ਜੋ ਵਹਾਂ ਕੇ ਰਹਿਣੇ ਵਾਲੇ ਹੈ
उनको हमने गिरफ्तार किए। इसमें प्रथम लेयर जो है उसके 17 अकाउंट्स हैं और उन सभी पर हम काम कर रहे हैं, जिनमें से 3 अकाउंट को हम ब्रेक कर चुके हैं और आगे की कड़ी पर अभी हम लगातार अनुसंधान कर रहे हैं। शीघ्र ही हम इस पूरे जो फ्रॉड है इसको बस्ट करेंगे और जो विक्टिम है उसे प्रयास करेंगे कि उसका पैसा उसे वापस मिले। देखिए, इसमें अभी अनुसंधान जारी है। ये जो भी अनुसंधान के सामने दौरान जो हमारे सामने तथ्य आ रहे हैं, हम उन पर गहनता से तफ्तीश करके ये पता लगाने का प्रयास करेंगे कि अगर कोई विदेशी कड़ी है तो वो क्या है, और अगर ऐसी कोई विदेशी कड़ी है तो हम उसे भी इसी इन्वेस्टिगेशन के दौरान बस्ट करेंगे। देखिए, प्रथम दृष्टया भी कुछ कहा नहीं जा सकता, हालांकि ये जो नई कड़ी की शुरुआत है, ये जो नया अकाउंट है, इस चेन में अभी और काफी लोग जो है उनकी गिरफ्तारी बाकी है। ये शुरुआती इस खाता की जो कड़ी है उसमें हमने 2 लोगों को गिरफ्तार किया और इनसे और भी नाम सामने आ रहे हैं जिनके ऊपर हम लगातार तफ्तीश कर रहे हैं।